ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ? ਉਮੀਦ ਕਰਦੇ ਹਾਂ ਠੀਕ ਹੋਵੋਗੇ ਅਤੇ ਆਪਾਂ ਵੀ ਬਿਲਕੁਲ ਠੀਕ ਹਾਂ। ਅਤੇ ਅੱਜ ਤੁਹਾਨੂੰ ਆਪਾਂ ਸ਼ੂਟਿੰਗ ਦਿਖਾਉਂਦੇ ਹਾਂ ਨਾ। ਸ਼ੂਟਿੰਗ ਕਾਹਦੀ ਦਿਖਾਉਣੀ ਆ? ਅੱਜ ਆਪਾਂ ਮਤਲਬ ਸ਼ੂਟ ਕਰਦੇ ਹਾਂ ਬਾਈ ਦੀਆਂ ਸ਼ਾਇਰੀਆਂ ਅਤੇ ਬਾਈ ਦੇ ਸੌਂਗ। ਸੌਂਗ ਤੁਸੀਂ ਬਾਈ ਦੇ ਚੈਨਲ 'ਤੇ ਦੇਖੋਗੇ, ਤੁਸੀਂ ਗਾਂਹ ਜਾ ਕੇ ਦੇਖੋ ਵਲੌਗ 'ਚ ਨਾ। ਅਤੇ ਚਲੋ ਆਪਾਂ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਖੇਤ। ਚੱਲ ਕੱਸੀ 'ਚ ਪਾਣੀ 'ਚ ਵਾੜੂਗਾ ਇਹ। ਚੱਲ ਆਪਣਾ ਨਾਲ ਉੱਡ ਜੀ, ਇਹਨਾਂ ਤੁਹਾਨੂੰ ਦੱਸੀ ਘੁਗਦਾ ਜਿਵੇਂ ਘੁਕਾਉਂਦੇ ਹੁੰਦੇ ਆ ਵਿੱਚ, ਪਰਲੇ ਪਾਸੇ ਜਾ ਕੇ ਫੜਾ ਇੱਕ ਹੱਥ 'ਚ। ਉੱਧਰ ਹੀ ਚੱਕ ਲੈਣੇ ਸਾਰਿਆਂ ਦੀ ਬਣਾਵਾਂਗੇ। ਚੱਲ ਵਿੱਚ ਸ਼ਾਇਰੀ ਰਿਕਾਰਡ ਕਰਨੀ, ਉਹਨਾਂ ਚਿਰ ਕਿਤੇ ਨੀ ਆਉਣਾ ਕਿਸੇ ਨੇ। ਮਸਾਂ ਬੰਦੇ ਕਿਰਾਏ ਤੇ ਲਿਆਉਂਦੇ ਅਸੀਂ। ਨਵੇਂ ਬੰਦੇ ਨਵੇਂ ਕੰਮ ਆਪਣੇ ਜੇਲੇ ਉਹ ਗਲਾਸ ਕੱਢਣੇ ਸਿੱਟਾ ਵਿੱਚ ਉਹਦੇ, ਫਿਰ ਕਹਿੰਦੇ ਇੰਡੀਆ ਸੁਧਰਦਾ ਨੀ, ਇੰਡੀਆ ਦਾ ਸੁਧਾਰ ਹੋਵੇ ਕਿਵੇਂ ਜੇ ਇਹੋ ਜਿਹੇ ਪਏ ਆ? ਡਸਟਬਿਨ 'ਚ ਪਾਇਆ ਕਰੋ ਡੋਲਤਾ ਮੋਟੇ ਦੱਸਤੇ ਖੁਰ ਵੱਡੀ ਚੱਕ ਕੀ ਆ ਪੱਗ ਦਾ ਉਹ ਜੀ। ਹੁਣ ਆਪਾਂ ਕਰਦੇ ਆ ਮਤਲਬ ਕੀ ਕਰਦੇ ਆਪਾਂ ਰੀਲਸ ਬਣਾਉਣੇ ਆ, ਗੱਲਬਾਤ ਕਰਾ ਦੇਣੀ ਆ, ਰੀਲਸ ਬਣਾਉਣੇ ਆ। ਜਿਵੇਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਮੈਂ ਨਗਰ ਕੀਰਤਨ ਵਾਲੀ 'ਚ ਹਨਾ ਬਾਈ ਦੇ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਸੀਗਾ, ਤੇ ਹੁਣ ਇੱਥੇ ਵੀ ਆਈ ਬਟਨ ਤੇ ਬਾਈ ਦਾ ਆਈ ਜਾਂਦਾ ਹੋਊਗਾ, ਤੇ ਜਾ ਕੇ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਈ ਦੇ 500 ਕਰਾ ਦਿਓ, ਠੀਕ ਹੈ? 5 ਘੱਟ ਹੀ ਆ, ਜਾ ਕੇ 6 ਦੀ ਕਰੋ। ਤੇ ਅਜੈਸ਼ਨ ਵੀ ਆਉਂਦਾ, ਇਹਦਾ ਵੀ ਚੈਨਲ ਕਰ ਲਿਓ। ਇੱਥੇ ਸਾਰੇ ਯੂਟਿਊਬਰ ਹੀ ਫਿਰਦੇ ਆ, ਉਹ ਦੋ ਬਸ ਵਿਹਲੜ ਉਹ ਫਿਰਦੇ ਨਹੀਂ, ਉਹ ਕਲਾ ਉਹ ਬਾਲੇ ਕੜ ਵੱਡੇ ਕਲਾ ਉਹ ਸਾ ਛਾਲ ਮਾਰ ਕੇ ਟੱਪ ਆ ਜਾ ਟੱਪ ਹੋ ਰਿਹਾ ਮੇਰਾ ਬ੍ਰਿਜ ਮੌਸਮ ਟੱਪੂ ਆ ਫਿਰ ਬਈ ਬਣਾ ਲੈਣ ਦੋ ਯਾਰ ਬਣਾ ਲਓ ਫਿਲਮ ਵੀ ਸ਼ੀਸ਼ ਦੀ ਅਸੀਂ ਕੱਢਾਂਗੇ, ਪਰ ਇਸ ਟਾਈਮ ਗਾਣੇ ਸ਼ੂਟਿੰਗ ਹੋਈ ਜਾਂਦੀ ਆ ਸੌਂਗ ਦੀ, ਤੇ ਹੁਣ ਰਿਕਾਰਡ ਕਰੀ ਜਾਂਦੇ ਅਸੀਂ ਇੱਥੇ ਵਧੀਆ ਆਏ ਆ, ਤੇ ਤੁਸੀਂ ਬਾਈ ਦੇ ਚੈਨਲ ਤੇ ਆ ਕੇ ਸੌਂਗ ਦੇਖਿਓ। ਚਲੋ ਠੀਕ ਹੈ। ਲੋਕੇਸ਼ਨ ਚੇਂਜ ਕਰ ਲੈ ਇੱਧਰ ਆ ਜਾ, ਇੱਥੇ ਕਰਨੀ ਹੈ ਦੂਜੀ ਵੀ। ਕਮੀਆਂ ਦੀ ਹਾਂ ਮੂਰਤ ਮੈਂ, ਪਰ ਸੋਚ ਮੇਰੀ ਕਿਤੇ ਖੁੱਬੀ ਨਹੀਂ, ਸਮਝ ਰਿਹਾ ਹਾਂ ਦੁਨੀਆ ਨੂੰ, ਅਜੇ ਬੇੜੀ ਮੇਰੀ ਡੁੱਬੀ ਨਹੀਂ। A few moments later ਮੈਂ ਦੁਨੀਆ ਪਾਗਲ ਕਰ ਲਾਂ, ਮੈਂ ਸ਼ਾਇਰ ਹਾਂ ਕੋਈ ਰੱਬ ਨਹੀਂ, ਸ਼ਾਇਰ ਹਾਂ ਕੋਈ ਰੱਬ ਨਹੀਂ। ਕਦਾਂ ਦੇ ਤਾਂ ਹੋ ਚੁੱਕੀ ਆ, ਹੁਣ ਲੋਕੇਸ਼ਨ ਹੁਣ ਚੇਂਜ ਕਰਦੇ ਹਾਂ ਅਤੇ ਹੁਣ ਹੋਰ ਕਿਤੇ ਜਾ ਕੇ ਬਣਾਉਣੇ ਆ, ਠੀਕ ਹੈ? ਅਤੇ ਬਾਈ ਦੇ ਇੰਸਟਾਗ੍ਰਾਮ 'ਤੇ ਬਾਈ ਅਪਲੋਡ ਕਰੂਗਾ, ਅਤੇ ਇੱਥੇ ਥੱਲੇ ਆਈ ਜਾਂਦਾ ਬਾਈ ਦਾ ਇੰਸਟਾਗ੍ਰਾਮ, ਜਾ ਕੇ ਫੋਲੋ ਕਰੋ ਬਾਈ ਨੂੰ ਵੀ, ਅਤੇ ਤੁਸੀਂ ਸੁਣਿਓ ਸ਼ਾਇਰੀ ਅਤੇ ਫਿਰ ਕਮੈਂਟ ਕਰਕੇ ਦੱਸੋ ਕਿੱਦਾਂ ਦੀ ਲੱਗੀ ਹੈ ਨਾ। ਬਹੁਤ ਵਧੀਆ ਬਾਈ ਲਿਖਦਾ, ਬਹੁਤ ਤਕੜੀ ਕਲਮ ਆ। ਬਸ ਆਪਣੇ ਵਰਗੇ ਜਿਹਨੂੰ ਮਤਲਬ ਅਜੇ ਨਵੇਂ ਨਵੇਂ ਉੱਧਰ ਨੂੰ ਸਪੋਰਟ ਚਾਹੀਦੀ ਹੈ ਨਾ, ਦੱਬ ਕੇ ਸਪੋਰਟ ਕਰਿਓ। ਡਰੋਨ ਸ਼ਾਟ ਖੈਰ ਆਹ ਦੇਖੋ, ਦੇਖੋ ਇੰਨੀ ਮਿਹਨਤ ਹੁੰਦੀ ਆ, ਲਾਈਕ ਕਰਦਿਆ ਕਰੋ ਯਾਰ। ਚਲੋ ਕਰੀਏ ਬਾਈ ਦੀ ਸ਼ਾਇਰੀ ਰਿਕਾਰਡ। ਖੁੱਲ੍ਹੇ ਅੰਬਰਾਂ ਥੱਲੇ ਨਹੀਂ ਮੈਂ ਬੀਜਿਆ ਸੀ ਇੱਕ ਇਤਿਹਾਸ ਨਾ ਰਚਾਵਾਂਗੇ। ਅੱਛਾ ਬਸ ਫਿਰ ਕਹਿੰਦਾ ਅਸੀਂ ਦੇਖਣ ਨੀ ਆਏ ਦੁਨੀਆਦਾਰੀ, ਇਤਿਹਾਸ ਨਾ ਰਚਾਵਾਂਗੇ। ਜਦ ਉੱਠ ਕੇ ਆਏ ਬੁਲੰਦੀਆਂ ਵੱਲ ਨੂੰ ਅੱਗ ਦੂ
शहरी आ चुकी होगी बाई नू जाके छे छे दी फॉलो करो, लाइक कमेंट शेयर करो। सानू तो हुण पता लग गया, देखो इधर आ बाई हथियार भी रखदा ओहदे कोले, हथियार दिखा, दिखा दिखा थे। आ देखो आ हथियार ए बाई लई बहुत महंगा हथियार कड़दा ਉਹਨਾਂ ਚੱਕਰ ਖਾ ਕੇ ਕਸੀ ਪੰਜਾਬੀ ਅੱਖ ਦੀ ਨਹੀਂ ਆ ਅੱਖ ਨਾਲ ਦਿੰਦਾ ਹੋਰੂੰ ਆ ਆ ਇਹਦੇ ਨਾਲ ਸਹੀ ਦਿੰਦਾ ਹੈ ਮੇਰੀ ਵੀ ਇੱਕ ਅੱਖ ਚ ਹੋ ਜਾਂਦੀ ਖਿੱਚ ਯਾਰ ਖਿੱਚਦਾ ਚੱਲ ਖੜ ਖੜੋ ਜਾ ਸਰਾਪ ਐ ਨਹੀਂ ਖੜਨਾ ਪੋਜ ਬਣਾਣਾ ਵੀ ਵਧੀਆ ਜਾ ਸਰਾਪ ਹੋਈ ਸੀ ਯਾਰ ਵਧੀਆ ਪੋਜ ਬਣਾ ਅਸ ਤੂੰ ਆ ਨਾਲ ਚੱਲ ਚੱਲ ਇਹਦੀ ਖਿੱਚ ਕੱਲੇ ਦੀ ਖਿੱਚ ਕੇ ਖੜ ਖੜ ਪੱਗ ਮਾਰ ਹੀ ਥੱਲੇ ਕਰ ਧੌਣ ਧੌਣ ਵਾ ਖੜਾ ਰਹਿ ਪੋਰਟਰੇਟ ਖਿੱਚਣੀ ਆ ਆਈ ਖਿੱਚ ਦੇ ਕਰ ਇਹ ਵੀਡੀਓ ਲਾ ਕੇ ਖੜਾ ਤਾਂ ਦੇਖ ਮੈਂ ਕਿਹਾ ਪਤਾ ਨਹੀਂ ਕੀ ਕਰੀਦਾ ਕੱਲੀ ਦਾ ਵੀਡੀਓ ਜਾਂਦੀ ਆ ਲੋ ਜੀ ਹੁਣ ਆਪਾਂ ਸ਼ੂਟ ਕਰ ਲਈਏ ਬਾਈ ਦੀ ਸ਼ਹਿਰੀ ਤੇ ਬਾਈ ਦੇ ਜਾ ਕੇ ਦੇਖੋ ਤੁਸੀਂ ਆ ਗਈ ਹੋਊਗੀ ਆਪਣੀ ਵੀਡੀਓ ਤਾਂ ਮਤਲਬ ਬਾਅਦ ਚ ਹੋਊਗੀ ਨਾ ਵਲੌਗ ਆਪਣਾ ਤੇ ਇਦਾਂ ਹੀ ਆਪਣੇ ਵਲੌਗ ਦੇਖਦੇ ਰਹੋ ਦੇਖੋ ਜੀ ਜਸ਼ਨ ਦੇ ਮੋਟਰਸਾਈਕਲ ਨਾਲ ਸਟੰਟ ਕਰਦੇ ਵਿਚਾਰ ਤਾਂ ਇਹਦੇ ਹੀ ਮੋਟਰਸਾਈਕਲ ਫੜਦੇ ਆ ਸਾਰੇ ਉਹ ਦੇਖੋ 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 ਜੀ ਇਹਦੇ ਭਾਦੀ ਬਣ ਗਈ ਓਏ ਜਾਦੇ ਕੁੱਟੂ ਓਏ ਕੁੱਟੂ ਕੁੱਟੀ ਨਾ ਜਸ਼ਨ ਓਏ ਕੁੱਟੀ ਨਾ ਜੀ ਤੇ ਆਪਣਾ ਸ਼ੂਟ ਹੋ ਚੁੱਕਿਆ ਹਨਾ ਹੁਣ ਆਪਾਂ ਚੱਲਦੇ ਹਾਂ ਘਰੇ ਤੇ ਲਾਈਏ ਚਾਬੀ ਲੋ ਚੱਲ ਗਏ ਜੀ ਹੁਣ ਘਰਾਂ ਨੂੰ ਹਨਾ 1 ਆਵਰ ਲੇਟਰ ਮਗਰ ਤਾਂ ਨਹੀਂ ਪੈਂਦਾ ਇਹ ਚੱਕ ਲਾ ਕਿਹੜੀ ਨਸਲ ਹੈ ਇਹ ਨਸਲ ਤਾਂ ਦੇਸੀ ਆ ਬਈ ਕੜਕਨਾਥ ਨਹੀਂ ਨਾ ਨਿੱਕੇ ਸੀਗੇ ਮਾਂ ਮਰ ਗਈ ਨਹੀਂ ਸੱਪ ਲੜ ਗਈ ਅੱਛਾ ਇੱਕ ਦਿਨ ਕਿਵੇਂ ਬਚ ਗਏ ਸੀ ਫਿਰ ਉਸ ਤੋਂ ਬਾਅਦ ਪਾਲਿਆ ਇਹ ਤਾਂ ਨਿੱਕੇ ਹੁੰਦੇ ਮਤਲਬ ਛੱਡ ਦੇ ਥੱਲੇ ਛੱਡ ਦੇ ਮਾਂ ਸੱਪ ਲੜ ਗਈ ਆਪਣੇ ਕੱਟ ਲਏ ਅੱਛਾ ਉਦੋਂ ਹੀ ਦੁਪਹਿਰ ਇਹ ਇੱਥੇ ਹੀ ਤੁਰਿਆਂ ਦਾ ਡਿੱਗ ਪਿਆ ਅੱਛਾ ਅਸੀਂ ਦਵਾਈ ਜਲੀ ਪਿਆ ਉਹ ਵਿਚਾਰਾ ਉਸ ਤੋਂ ਬਾਅਦ ਇਹ ਪੈਰ ਬਿੰਗਾ ਹੋ ਚੜਿਆ ਠੀਕ ਹੈ ਤੇ ਹਾਂਜੀ ਤੁਸੀਂ ਸੋਚ ਦੋਗੇ ਨਾ ਕਿ ਪੱਗ ਕਿੱਧਰ ਗਈ ਤੇ ਪੱਗ ਆਪਾਂ ਲਾਤੀ ਹੈ ਨਾ ਤੇ ਉਦੋਂ ਆਪਾਂ ਸ਼ੂਟ ਕਰਦੇ ਤਾਂ ਕਰਕੇ ਬੰਨੀ ਸੀਗੀ ਤੇ ਹੁਣ ਆਪਾਂ ਜਸ਼ਨ ਕੋਲ ਆਏ ਸੀਗੇ ਨਾ ਤੇ ਹੁਣ ਉੱਥੇ ਅਸੀਂ ਮਤਲਬ ਸਾਈਕਲਿੰਗ ਕਰਨ ਜਾਂਦੇ ਹਾਂ ਸ਼ਾਮ ਦਾ ਵੇਲਾ ਹੋ ਚੁੱਕਿਆ ਟਾਈਮ ਹੋ ਚੁੱਕਿਆ ਮਤਲਬ 5:30 ਹੋ ਗਏ ਅਤੇ ਦੱਸਿਓ ਅੱਜ ਦਾ ਬਲੌਗ ਕਿਵੇਂ ਲੱਗਿਆ ਨਾ ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰ ਦਿਓ ਅਤੇ ਉਹ ਬਾਈ ਦੀਆਂ ਸ਼ਾਇਰੀਆਂ ਬਹੁਤ ਘੈਂਟ ਸੀ ਅਤੇ ਬਾਈ ਆਪ ਲਿਖ ਦੇਣਾ ਪੂਰੇ ਘੈਂਟ ਸੌਂਗ ਵੀ ਬਾਈ ਦੇ ਬਹੁਤ ਘੈਂਟ ਘੈਂਟ ਆ ਤੁਸੀਂ ਉਹਦੇ ਬਾਈ ਦੇ ਚੈਨਲ 'ਤੇ ਜਾ ਕੇ ਦੇਖਿਓ ਹੈ ਨਾ ਅਤੇ ਡਿਸਕ੍ਰਿਪਸ਼ਨ ਲਿੰਕ ਆ ਤੁਸੀਂ ਜਾ ਕੇ ਦੇਖਿਓ ਅਤੇ ਬਹੁਤ ਵਧੀਆ ਸੌਂਗ ਸੁਣ ਸੌਂਗ ਲਿਖਦਾ ਬਾਈ ਹੈ ਨਾ ਅਤੇ ਦੇਖੋ ਆਪਣੇ ਕਿਹੜੇ ਨਾ ਸਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਜਿਹੜੇ ਨਵੇਂ ਨਵੇਂ ਹੁੰਦੇ ਆ ਨਾ ਇਹਨਾਂ ਨੂੰ ਮਤਲਬ ਸਪੋਰਟ ਦੀ ਨੀਡ ਹੁੰਦੀ ਹੈ ਨਾ ਜ਼ਰੂਰਤ ਹੁੰਦੀ ਆ ਅਤੇ ਇਹਨਾਂ ਨੂੰ ਸਪੋਰਟ ਕਰਿਆ ਕਰੋ ਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਫਿਰ ਹੀ ਗਾਂਹ ਜਾ ਕੇ ਮਤਲਬ ਪਤਾ ਲੱਗਦਾ ਨਾ ਨਹੀਂ ਤਾਂ ਦੇਖੋ ਮੋਟੀਵੇਸ਼ਨ ਨਹੀਂ ਮਿਲਦਾ ਅਤੇ ਹੁਣ ਬਾਈ ਨੂੰ ਜਿਵੇਂ ਬਾਈ ਇੰਨੇ ਵਧੀਆ ਸੌਂਗ ਲਿਖਦਾ ਨਾ ਜਾਂ ਸ਼ਾਇਰੀਆਂ ਵੀ ਕੁਛ ਵੀ ਕਹੋ ਦੋਨੋਂ ਕੁਛ ਹੀ ਲਿਖਦਾ ਅਤੇ ਆਪਾਂ ਜੇ ਉਹਨੂੰ ਲਾਈਕ ਨਾ ਕਰਾਂਗੇ ਸ਼ੇਅਰ ਨਾ ਕਰਾਂਗੇ ਇੰਨੀਆਂ ਵਧੀਆ ਹੈ ਨਾ ਅਤੇ ਬਾਈ ਨੂੰ ਕਿਵੇਂ ਲੱਗੂ ਫਿਰ ਬਾਈ ਨੂੰ ਮਤਲਬ ਐਂ ਹੋਊਗਾ ਕਿ ਮੈਂ ਲਿਖਾਣਾ ਅਤੇ ਉਹਨੇ ਫਿਰ ਉਹਨੇ ਲਿਖਣੇ ਨਹੀਂ ਇੱਦੋਂ ਵਧੀਆ ਸਮੇਂ ਦੀ ਆਪਾਂ ਨੂੰ ਆਉਣਾ ਸਮੇਂ 'ਚ ਕੋਈ ਚੰਗਾ ਕਲਾਕਾਰ ਮਿਲੇ ਹੈ ਨਾ ਜਿਹੜਾ ਭੜਕਾਊ ਗੀਤ ਵੀ ਨਾ ਲਿਖੇ ਮਤਲਬ ਵਧੀਆ ਇਹੋ ਜਿਹਾ ਇਸ ਲਈ ਕਹਿੰਦੇ ਕਿ ਬਾਈ ਦੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਅਤੇ ਹੁਣ ਆਪਾਂ ਜਸ਼ਨ ਕੋਲ ਆਏ ਹਾਂ ਅਤੇ ਚਲੋ ਆਪਾਂ ਸਾਈਕਲ ਕਰਨ ਜਾਂਦੇ ਹਾਂ ਦੇਖੋ ਜਸ਼ਨ ਕਾ ਮੁਰਗਾ ਸਾਈਕਲ 'ਤੇ ਬੈਠੋ ਹੁਣੀ ਅਸੀਂ ਸਾਈਕਲਿੰਗ ਕਰਕੇ ਆਏ ਹਾਂ ਦੇਖੋ ਐਂ ਕੋਲ ਚੱਲ ਕੇ ਆਈਏ ਤੇ ਜਸ਼ਨ ਤੇਰਾ ਸਾਈਕਲ ਉਤਰੂਗਾ ਉਤਰੂਗਾ ਕਿਉਂ ਅਤੇ ਹਾਂਜੀ ਇੱਕ ਤਾਂ ਵਲੌਗ ਆਪਣਾ ਇੰਨਾ ਹੀ ਸੀ ਹੈ ਨਾ ਜੇ ਵਲੌਗ ਵਧੀਆ ਲੱਗਿਆ ਤਾਂ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਇੱਦਾਂ ਇੱਦਾਂ ਆਪਣੇ ਵਲੌਗ ਆਉਂਦੇ ਰਹਿਣਗੇ ਅਤੇ ਚਲੋ ਠੀਕ ਹੈ ਜੀ